ਸਾਬਕਾ ਸੀਐਮ ਚਰਨਜੀਤ ਚੰਨੀ ਨੇ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਦੇ ਨਾਲ ਫੋਨ ਤੇ ਕੀਤੀ ਗੱਲਬਾਤ। ਡਲਹੌਜ਼ੀ ਦੇ ਵਿੱਚ NRI ਦੇ ਨਾਲ ਕੁੱਟਮਾਰ ਦੇ ਮਾਮਲੇ 'ਚ ਕਾਰਵਾਈ ਦੀ ਕੀਤੀ ਮੰਗ। ਹਿਮਾਚਲ ਦੇ ਸੀਐਮ ਨੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ। ਹਿਮਾਚਲ ਦੇ ਡਲਹੌਜ਼ੀ ਦੇ ਵਿੱਚ ਹੋਈ NRI ਦੀ ਕੁੱਟਮਾਰ ਦੇ ਮਾਮਲੇ 'ਚ ਐਕਸ਼ਨ ਮੰਤਰੀ ਧਾਲੀਵਾਲ ਨੇ ਅੰਮ੍ਰਿਤਸਰ 'ਚ ਦਰਜ ਕਰਵਾਈ 0 FIR। ਹਿਮਾਚਲ ਦੇ ਸੀਐਮ ਤੋਂ ਕਾਰਵਾਈ ਦੀ ਕੀਤੀ ਮੰਗ। ਨਸ਼ੇ ਦੇ ਮੁੱਦੇ ਤੇ BJP ਤੇ ਆਪ ਦੇ ਵਿਚਾਲੇ ਵਾਰ ਪਲਟਵਾਰ। ਜਾਖੜ ਬੋਲੇ, ਪੰਜਾਬ ਦੇ ਵਿੱਚ ਪਿਛਲੇ 14 ਦਿਨ ਦੇ ਵਿੱਚ ਹੋਈਆਂ 14 ਮੌਤਾਂ। ਡਰਾਮੇਬਾਜ਼ੀ ਛੱਡ ਕੇ ਕੰਮ ਕਰੇ ਸਰਕਾਰ ਤਾਂ ਆਪ ਦਾ ਇਲਜ਼ਾਮ। ਮਹਾਰਾਸ਼ਟਰ ਤੇ ਗੁਜਰਾਤ ਦੀਆਂ BJP ਸਰਕਾਰਾਂ ਭੇਜ ਰਹੀਆਂ ਨਸ਼ਾ। ਨਸ਼ੇ ਖਿਲਾਫ਼ ਪੰਜਾਬ ਪੁਲਿਸ ਨੇ ਚਲਾਇਆ ਵੱਡਾ ਸਰਚ ਆਪਰੇਸ਼ਨ। ਸ਼ਹਿਰਾਂ ਪਿੰਡਾਂ ਦੇ ਵਿੱਚ ਨਸ਼ੇ ਦੇ ਸੌਦਾਗਰਾਂ ਦੇ ਟਿਕਾਣਿਆਂ ਤੇ ਕੀਤੀ ਰੇਡ। ਖੁਦ ਫੀਲਡ ਦੇ ਵਿੱਚ ਉਤਰੇ ਵੱਡੇ ਪੁਲਿਸ ਅਧਿਕਾਰੀ। ਜਲ ਸੰਕਟ ਨੂੰ ਲੈ ਕੇ ਦਿੱਲੀ 'ਚ ਜ਼ਬਰਦਸਤ ਬਵਾਲ। ਜਲ ਬੋਰਡ ਦੇ ਦਫ਼ਤਰ 'ਤੇ ਕੀਤਾ ਗਿਆ ਪਥਰਾਅ। ਪ੍ਰਦਰਸ਼ਨ ਦੇ ਦੌਰਾਨ ਚੱਲੇ ਪੱਥਰ। ਆਮ ਆਦਮੀ ਪਾਰਟੀ ਨੇ ਪੁਲਿਸ ਤੋਂ ਪਾਣੀ ਸਪਲਾਈ ਪਾਈਪ ਦੀ ਮੰਗੀ ਸੁਰੱਖਿਆ। ਬਰਨਾਲਾ ਵਿੱਚ ਚੱਲਦੀ ਕਾਰ ਬਣੀ ਅੱਗ ਦਾ ਗੋਲਾ। 32 ਸਾਲਾ ਕਾਰ ਚਾਲਕ ਜ਼ਿੰਦਾ ਸੜਿਆ। ਕਾਰ ਦੇ ਵਿੱਚ ਕਮਾਉਣ ਵਾਲਾ ਇਕੱਲਾ ਸੀ ਹਰਚਰਨ ਸਿੰਘ। ਵਿਆਹ ਦੇ ਬੰਧਨ ਦੇ ਵਿੱਚ ਬੱਝੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ। ਵਕੀਲ ਸ਼ਹਿਬਾਜ਼ ਸੂਹੀ ਦੇ ਨਾਲ ਲਈਆਂ ਲਾਵਾਂ। ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ਦੇ ਵਿੱਚ ਹੋਈਆਂ ਰਸਮਾਂ। ਮੁੱਖ ਮੰਤਰੀ ਮਾਨ ਵੀ ਵਿਆਹ 'ਚ ਹੋਏ ਸ਼ਾਮਲ। ਲੁਧਿਆਣਾ ਵਿੱਚ ਵੱਖਰੇ ਰੰਗ 'ਚ ਦਿਖੇ ਆਪ। ਵਿਧਾਇਕ ਅਸ਼ੋਕ ਰਾਸ਼ਰ ਪੱਪੀ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਪਹੁੰਚੇ। ਪੱਪੀ ਨੇ ਬੱਚਿਆਂ ਤੇ ਆਪਣੇ ਸਾਥੀਆਂ ਦੇ ਨਾਲ ਪਾਇਆ ਭੰਗੜਾ। ਅੱਜ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਬਕਰੀਦ ਦਾ ਤਿਉਹਾਰ। ਬਾਜ਼ਾਰਾਂ ਦੇ ਵਿੱਚ ਲੱਗੀਆਂ ਰੌਣਕਾਂ। ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਮੁਸਲਿਮ ਭਾਈਚਾਰੇ ਦੇ ਲੋਕ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਉਮੀਦ ਹੈ ਤੁਸੀਂ ਸਾਰੇ ਖੈਰੀਅਤ ਦੇ ਨਾਲ ਹੋਵੋਗੇ। ਤਾਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਈਦ ਦੇ ਤਿਉਹਾਰ ਤੋਂ। ਤਾਂ ਈਦ ਮੁਬਾਰਕ। ਅੱਜ ਬਕਰੀਦ ਮਨਾਈ ਜਾ ਰਹੀ ਹੈ, ਤਾਂ ਬਕਰੀਦ ਮਨਾ ਰਿਹਾ ਮੁਸਲਿਮ ਭਾਈਚਾਰਾ ਔਰ ਰੌਣਕਾਂ ਲੱਗੀਆਂ ਹੋਈਆਂ ਨੇ। ਪੂਰੇ ਦੇਸ਼ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ। ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਸਿਜਦਾ ਕੀਤਾ ਜਾ ਰਿਹਾ, ਇੱਕ ਦੂਜੇ ਨੂੰ ਵਧਾਈ ਦੇ ਰਹੇ ਨੇ ਇਹ ਲੋਕ ਮੁਸਲਿਮ ਭਾਈਚਾਰੇ ਦੇ। ਤਾਂ ਵੱਡਾ ਦਿਨ ਹੈ ਅੱਜ, ਵੱਡਾ ਤਿਉਹਾਰ ਹੈ, ਈਦ ਦਾ ਤਿਉਹਾਰ ਹੈ, ਬਕਰੀਦ ਹੈ ਅੱਜ। ਤਾਂ ਈਦ ਮੁਬਾਰਕ ਅੱਜ ਮਨਾਈ ਜਾ ਰਹੀ ਹੈ ਬਕਰੀਦ, ਅਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਸਿਜਦਾ ਕੀਤਾ ਜਾ ਰਿਹਾ ਔਰ ਨਮਾਜ਼ ਪੜ੍ਹੀ ਜਾ ਰਹੀ ਹੈ। ਤਾਂ ਇਹ ਤਸਵੀਰਾਂ ਨੇ, ਇਕੱਠੇ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰ ਰਹੇ ਨੇ। ਤਿੰਨ ਤਸਵੀਰਾਂ ਤੁਹਾਨੂੰ ਵੱਖੋ ਵੱਖ ਥਾਈਂ ਦੀਆਂ ਦਿਖਾ ਰਹੇ ਹਾਂ। ਅੱਜ ਬਕਰੀਦ ਦਾ ਤਿਉਹਾਰ ਹੈ ਮੁਸਲਿਮ ਭਾਈਚਾਰੇ ਦੇ ਲਈ। ਇਹ ਵੱਡਾ ਤਿਉਹਾਰ, ਖੁਸ਼ੀਆਂ ਦਾ ਦਿਨ, ਇੱਕ ਦੂਸਰੇ ਨੂੰ ਈਦ ਦੀ ਵਧਾਈ ਦੇ ਰਹੇ ਨੇ, ਸਿਜਦਾ ਕਰ ਰਹੇ ਨੇ, ਨਮਾਜ਼ ਪੜ੍ਹ ਰਹੇ ਨੇ, ਬੱਚੇ, ਬਜ਼ੁਰਗ, ਨੌਜਵਾਨ ਸਭ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ। ਤਿੰਨ ਤਸਵੀਰਾਂ ਤੁਹਾਨੂੰ ਦਿਖਾ ਰਹੇ। ਅੱਗੇ ਵਧਾਂਗੇ ਤਾਂ ਹਿਮਾਚਲ ਦੇ ਡਲਹੌਜ਼ੀ ਦੇ ਵਿੱਚ NRI ਦੇ ਨਾਲ ਹੋਈ ਕੁੱਟਮਾਰ ਦਾ ਮਾਮਲਾ ਤੂਲ ਫੜਦਾ ਜਾ ਰਿਹਾ। ਸਾਬਕਾ ਸੀਐਮ ਚਰਨਜੀਤ ਚੰਨੀ ਨੇ ਹਿਮਾਚਲ ਦੇ ਸੀਐਮ ਦੇ ਨਾਲ ਗੱਲ ਕੀਤੀ ਹੈ। ਚੰਨੀ ਨੇ ਸੀਐਮ ਸੁੱਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਤਾਂ ਸੁੱਖੂ ਦੇ ਕੋਲ NRI ਪੰਜਾਬੀ ਦੇ ਨਾਲ ਹੋਈ ਕੁੱਟਮਾਰ ਦਾ ਮਾਮਲਾ ਚੁੱਕਿਆ ਗਿਆ ਹੈ। ਤਾਂ ਚੰਨੀ ਨੇ ਸੀਐਮ ਸੁੱਖੂ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਹਿਮਾਚਲ ਦੇ ਸੀਐਮ ਨੇ ਕਾਰਵਾਈ ਦਾ ਭਰੋਸਾ ਵੀ ਦਿੱਤਾ ਹੈ। ਤਾਂ ਦੱਸ ਦਈਏ ਕਿ ਮਾਮਲੇ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਨੇ ਚੰਨੀ ਨੂੰ ਮੰਗ ਪੱਤਰ ਸੌਂਪਿਆ ਹੈ। ਇਸ ਦੌਰਾਨ ਉਹਨਾਂ ਤੁਰੰਤ ਹਿਮਾਚਲ ਦੇ ਮੁੱਖ ਮੰਤਰੀ ਨੂੰ ਫੋਨ ਲਾ ਲਿਆ ਤੇ ਪੂਰਾ ਮਾਮਲਾ ਵਿਸਥਾਰ ਦੇ ਨਾਲ ਦੱਸਿਆ ਹੈ।
ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਸ ਦੌਰਾਨ ਦੱਸ ਦਈਏ ਕਿ ਤੁਰੰਤ ਹਿਮਾਚਲ ਦੇ ਮੁੱਖ ਮੰਤਰੀ ਨੂੰ ਫੋਨ ਲਗਾਇਆ ਗਿਆ। ਮੇਰੇ ਪਾਸ ਸਿੱਖ ਸੰਗਤਾਂ ਵੀ ਇਕੱਠੀਆਂ ਹੋ ਕੇ ਆਈਆਂ ਗਈਆਂ, ਇਹਨਾਂ ਦਾ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਇਹ ਪੰਜਾਬ ਵਾਸਤੇ ਵੀ ਤੇ ਹਿਮਾਚਲ ਵਾਸਤੇ ਵੀ। ਇਹ ਤਾਂ ਇਹ ਜਿਹੜੀ ਉੱਥੇ ਵੀ ਹਿਮਾਚਲ ਦੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ, NRI ਜੋੜਾ ਸੀਗਾ, ਤਾਂ ਉਹ ਕਿਸੇ ਨੇ ਕੁੱਟਤਾ ਡਲਹੌਜ਼ੀ ਦੇ ਵਿੱਚ। ਉਹ ਜੀ ਜਿਹੜੀ ਕੰਗਣਾ ਹੈ ਨਾ, ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਤਾ। ਕਿ ਬੀਜੇਪੀ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਵੀ ਬੜੀ ਤੰਗ ਹੈ, ਅਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ। ਤੁਸੀਂ ਤੁਹਾਡੀ ਨੌਲੇਜ 'ਚ ਨਹੀਂ ਆਇਆ ਹੋਣਾ, ਡਲਹੌਜ਼ੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ NRI ਹੈ ਉਹ ਗਏ ਸੀ ਉੱਥੇ, ਕਿਸੇ ਨੇ ਨਾਲ ਸੀ ਉਹਦੀ ਆਪਣੀ ਵਾਈਫ, ਉਹਨੂੰ ਪੁੱਛਤਾ ਅਤੇ ਤੁਸੀਂ ਉਹ ਕੈਂਡੀ ਚੈੱਕ ਕਰਾ ਲਓ। ਇੱਕ ਅਸੀਂ ਵੀ ਬਿਆਨ ਲਗਾ ਰਹੇ ਹਾਂ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ, ਸਦਭਾਵਨਾ ਅਤੇ ਪਿਆਰ ਹਿਮਾਚਲ ਦਾ ਅਤੇ ਪੰਜਾਬ ਦਾ ਅੱਜ ਦਾ ਨਹੀਂ ਹੈ, ਸਦਾ ਤੋਂ ਬਣਿਆ ਆਇਆ, ਅਤੇ ਅਸੀਂ ਤਾਂ ਪੰਜਾਬ ਹਿਮਾਚਲ ਹੈ ਜੀ। ਹਾਂ ਬਾਤ ਕੋਈ ਨਹੀਂ ਹੈ, ਲੇਕਿਨ ਪੰਜਾਬ ਮੇ ਨਾ ਬਹੁਤ ਜ਼ਿਆਦਾ ਇਹ ਬਵਾਲ ਉੱਠਿਆ ਹੋਇਆ, ਅਤੇ ਤੁਹਾਨੂੰ ਇਹ ਕਹਿੰਦੇ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰ ਲਵਾਂਗਾ। ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ, ਆਪਣਾ ਅਤੇ ਹਿਮਾਚਲੀਆਂ ਦਾ ਕੋਈ ਅੱਜ ਦਾ ਨਹੀਂ, 9 ਮਾਰਚ ਦਾ ਰਿਸ਼ਤਾ ਪਹਿਲਾਂ ਅਤੇ ਪੰਜਾਬੀ ਆਪਾਂ ਸਾਰੇ, ਅਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ। ਇਹ ਨਫ਼ਰਤ ਦੀ ਰਾਜਨੀਤੀ BJP ਫੈਲਾ ਰਹੀ, ਆਪ ਇਸਕੋ ਜ਼ਰੂਰ ਧਿਆਨ ਦੇਕਰ ਇਸ ਪੇ ਐਕਸ਼ਨ ਕਰਨਾ ਹੈ ਜੋ ਵੀ। ਹਿਮਾਚਲ ਦੇ ਡਲਹੌਜ਼ੀ ਦੇ ਵਿੱਚ NRI ਦੀ ਕੁੱਟਮਾਰ ਦਾ ਇਹ ਮਾਮਲਾ ਹੈ ਤਾਂ ਪੀੜਤ ਸ਼ਖਸ ਨੂੰ ਮੰਤਰੀ ਕੁਲਦੀਪ ਧਾਲੀਵਾਲ ਮਿਲੇ ਨੇ। ਅੰਮ੍ਰਿਤਸਰ ਦੇ ਹਸਪਤਾਲ 'ਚ ਪਹੁੰਚ ਕੇ ਉਹਨਾਂ ਨੇ ਮੁਲਾਕਾਤ ਕੀਤੀ ਹੈ। ਧਾਲੀਵਾਲ ਨੇ ਅੰਮ੍ਰਿਤਸਰ ਦੇ ਵਿੱਚ ਦਰਜ ਕਰਵਾਈ ਹੈ, ਦੱਸਦੀ ਕਿ 0 FIR, ਔਰ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਾਲ ਵੀ ਸੰਪਰਕ ਕੀਤਾ ਗਿਆ ਹੈ। ਹਮਲਾਵਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮਾਨ ਸਰਕਾਰ NRI ਭਾਈਚਾਰੇ ਦੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਖੜੀ ਹੈ, ਇਹ ਕੁਲਦੀਪ ਧਾਲੀਵਾਲ ਨੇ ਕਿਹਾ ਹੈ। ਦਰਅਸਲ ਹਿਮਾਚਲ ਦੇ ਡਲਹੌਜ਼ੀ ਘੁੰਮਣ ਗਏ ਇਹ NRI ਪੰਜਾਬੀ ਅਤੇ ਉਸਦੀ ਸਪੈਨਿਸ਼ ਪਤਨੀ 'ਤੇ ਹਮਲਾ ਹੋਇਆ ਸੀ। NRI ਪੰਜਾਬੀ ਦੀ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਦੇ ਨਾਲ ਉਸਨੂੰ ਜ਼ਖਮੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਇਸ ਸਾਰੇ ਮਾਮਲੇ ਨੂੰ ਕੰਗਨਾ ਰਣੌਤ ਦੇ ਥੱਪੜ ਕਾਂਡ ਦੇ ਨਾਲ ਵੀ ਜੋੜਿਆ, ਔਰ ਜਿਸ ਤੋਂ ਬਾਅਦ ਇਹ ਮਾਮਲੇ ਨੇ ਬੇਹੱਦ ਜ਼ਿਆਦਾ ਤੂਲ ਫੜਿਆ ਔਰ ਵੱਖੋ ਵੱਖ ਮੰਤਰੀ ਆਗੂ ਮੁਲਾਕਾਤ ਕਰ ਰਹੇ। ਅੱਗੇ ਵਧਾਂਗੇ ਤਾਂ ਨਸ਼ੇ ਦੇ ਮੁੱਦੇ ਤੇ BJP ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਵਾਰ ਪਲਟਵਾਰ ਜਾਰੀ ਹੈ। ਸੁਨੀਲ ਜਾਖੜ ਨੇ ਜਿੱਥੇ ਪੰਜਾਬ ਸਰਕਾਰ ਨੂੰ ਘੇਰਿਆ, ਉਹਨਾਂ ਕਿਹਾ ਕਿ 14 ਦਿਨ ਦੇ ਵਿੱਚ ਨਸ਼ੇ ਦੇ ਨਾਲ 14 ਮੌਤਾਂ ਹੋਈਆਂ ਨੇ, ਤਾਂ ਡਰਾਮੇਬਾਜ਼ੀ ਛੱਡ ਕੇ ਸਰਕਾਰ ਦੇ ਵੱਜੋਂ ਕੰਮ ਕਰਨ ਮੁੱਖ ਮੰਤਰੀ, ਔਰ ਪਿਛਲੇ ਸਾਲ ਭਗਵੰਤ ਮਾਨ ਜੀ ਹਜ਼ਾਰਾਂ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਪਹੁੰਚੇ ਸੀ, ਅਰਦਾਸ ਤਾਂ ਪੰਜਾਬੀ ਖੁਦ ਕਰ ਰਹੇ ਨੇ, ਤੁਸੀਂ ਸਰਕਾਰ ਦੇ ਵੱਜੋਂ ਕੰਮ ਕਰੋ, ਇਹ ਜਾਖੜ ਨੇ ਕਿਹਾ। ਤਾਂ ਜਾਖੜ ਦੇ ਇਲਜ਼ਾਮ 'ਤੇ ਆਮ ਆਦਮੀ ਪਾਰਟੀ ਦਾ ਜਵਾਬ ਆਇਆ ਹੈ। ਮਹਾਰਾਸ਼ਟਰ ਅਤੇ ਗੁਜਰਾਤ ਦੀ BJP ਸਰਕਾਰ ਨਸ਼ਾ ਭੇਜ ਰਹੀ, ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਏ ਨੇ। BJP ਨੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਘੜੀ ਹੈ। BJP ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਦੇ ਦਲਦਲ ਦੇ ਵਿੱਚ ਧੱਕਿਆ ਸੀ। ਦੱਸ ਦਈਏ ਕਿ ਸੁਨੀਲ ਜਾਖੜ ਨੇ ਟਵੀਟ ਕੀਤਾ ਔਰ ਉਹਨਾਂ ਨੇ ਲਿਖਿਆ
ਕਿ ਭਗਵੰਤ ਮਾਨ ਜੀ ਪਿਛਲੇ ਸਾਲ ਵੀ ਜਦੋਂ ਨਸ਼ੇ ਨਾਲ ਵੱਡੀ ਗਿਣਤੀ 'ਚ ਮੌਤਾਂ ਹੋਈਆਂ ਸਨ ਤਾਂ ਤੁਸੀਂ ਸਰਕਾਰ ਦੇ ਵਜੋਂ ਕੰਮ ਕਰਨ ਦੀ ਥਾਂ ਤੇ ਹਜ਼ਾਰਾਂ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਪਹੁੰਚ ਗਏ ਸੀ। ਹੁਣ ਫਿਰ ਅਜਿਹੀਆਂ ਹੀ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਨੇ। ਪਿਛਲੇ 14 ਦਿਨ 'ਚ 14 ਮੌਤਾਂ ਨਸ਼ੇ ਨਾਲ ਹੋ ਗਈਆਂ ਨੇ। ਸਾਡੀ ਤੁਹਾਨੂੰ ਬੇਨਤੀ ਹੈ ਕਿ ਕਹਿਰ ਦੀ ਗਰਮੀ ਦੇ ਵਿੱਚ ਹੁਣ ਦੁਬਾਰਾ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਨਾ ਪਹੁੰਚ ਜਾਇਓ। ਅਰਦਾਸ ਤਾਂ ਪੰਜਾਬੀ ਖੁਦ ਕਰ ਰਹੇ ਨੇ ਅਤੇ ਹਰ ਰੋਜ਼ ਕਰਦੇ ਨੇ, ਪਰ ਤੁਸੀਂ ਸਰਕਾਰ ਦੇ ਵਜੋਂ ਕੰਮ ਕਰੋ, ਨਾਟਕ ਨਾ ਕਰੋ ਅਤੇ ਨਸ਼ੇ ਨਾਲ ਮਰ ਰਹੇ ਪੰਜਾਬੀਆਂ ਦੀਆਂ ਮੌਤਾਂ ਦੇ ਦੋਸ਼ੀ ਸੌਦਾਗਰਾਂ ਦੇ ਖਿਲਾਫ਼ ਕਾਰਵਾਈ ਕਰੋ। ਤਾਂ ਮਲਵਿੰਦਰ ਕੰਗ ਨੇ ਟਵੀਟ ਕੀਤਾ ਹੈ ਔਰ ਕਿਹਾ ਹੈ, ਸ਼੍ਰੀ ਜਾਖੜ ਜੀ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਬੈਠੀਆਂ ਤੁਹਾਡੀਆਂ ਸਰਕਾਰਾਂ ਪੰਜਾਬ ਦੇ ਵਿੱਚ ਨਸ਼ੇ ਭੇਜਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ। ਗੁਜਰਾਤ ਅਤੇ ਮਹਾਰਾਸ਼ਟਰ 'ਚ ਨਸ਼ਿਆਂ ਦੀ ਭਰਮਾਰ ਕਿਉਂ ਹੈ? ਇਹ ਨਸ਼ੇ ਪੰਜਾਬ ਦੇ ਵਿੱਚ ਕਿਵੇਂ ਆ ਰਹੇ ਨੇ? ਦੋਵਾਂ ਸੂਬਿਆਂ ਦੀ ਬੀਜੇਪੀ ਸਰਕਾਰਾਂ ਇਸ ਦੀ ਇਜਾਜ਼ਤ ਕਿਉਂ ਦੇ ਰਹੀਆਂ ਨੇ? ਇੰਝ ਲੱਗਦਾ ਹੈ ਕਿ ਬੀਜੇਪੀ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਰਣਨੀਤੀ ਘੜੀ ਹੋਈ ਹੈ। ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਜਪਾ ਅਕਾਲੀ ਦਲ ਦੀ ਸਰਕਾਰ ਸੀ ਜਿਸਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕ ਦਿੱਤਾ ਹੈ। ਤਾਂ ਇਹ ਵਾਰ ਪਲਟਵਾਰ ਜਾਰੀ। ਅੱਗੇ ਵਧਾਂਗੇ ਤਾਂ ਨੀਟ ਪੇਪਰ ਮਾਮਲੇ ਦੇ ਵਿੱਚ ਸਰਕਾਰ ਨੇ ਗੜਬੜੀ ਮੰਨੀ ਹੈ ਤਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਵੱਡਾ ਬਿਆਨ ਆਇਆ ਹੈ। ਧਰਮਿੰਦਰ ਪ੍ਰਧਾਨ ਨੇ ਪਹਿਲੀ ਵਾਰ ਗੜਬੜੀ ਦੀ ਗੱਲ ਮੰਨੀ ਹੈ, ਨੀਟ ਦੇ ਰਿਜ਼ਲਟ ਦੇ ਵਿੱਚ ਕੁਝ ਗੜਬੜੀਆਂ ਹੋਈਆਂ ਨੇ। ਸਿੱਖਿਆ ਮੰਤਰੀ ਦਾ ਬਿਆਨ ਹੈ, ਹਾਲਾਂਕਿ ਇਸ ਤੋਂ ਪਹਿਲਾਂ ਉਹ ਇਹੀ ਕਹਿ ਰਹੇ ਸਨ ਕਿ ਗੜਬੜੀ ਕੋਈ ਨਹੀਂ ਹੋਈ, ਬਲਕਿ ਜੋ ਸਮੇਂ ਨੂੰ ਲੈ ਕੇ ਜੋ ਸਥਿਤੀ ਬਣੀ ਹੈ ਉਸ ਨੂੰ ਲੈ ਕੇ ਵੇਖਿਆ ਜਾ ਰਿਹਾ ਹੈ। ਤਾਂ ਮੁਲਜ਼ਮ ਅਧਿਕਾਰੀਆਂ 'ਤੇ ਉਹਨਾਂ ਕਿਹਾ ਹੈ ਕਿ ਕਾਰਵਾਈ ਕੀਤੀ ਜਾਏਗੀ। ਤਾਂ NTA ਨੈਸ਼ਨਲ ਟੈਸਟਿੰਗ ਏਜੰਸੀ ਦੇ ਵਿੱਚ ਸੁਧਾਰ ਦੀ ਲੋੜ ਹੈ, ਸਿੱਖਿਆ ਮੰਤਰੀ ਨੇ ਇਹ ਮੰਨਿਆ ਹੈ ਕਿਹਾ ਹੈ। ये नीट के संबंध में दो प्रकार की अव्यवस्था की विषय सामने आई है। प्रारंभिक जानकारी ये तो आई थी, कुछ छात्रों को कम समय मिलने के कारण उनके वहाँ थोड़ा रोष थी, उनको कुछ वैकल्पिक ग्रेस मार्क की व्यवस्था दिया गया था, जिसको भी इस बीच में सरकार ने नामंजूर करके सुप्रीम कोर्ट के आदेश अनुसार 1563 बच्चों की पुनः परीक्षा की आदेश दे दिया है सुप्रीम कोर्ट की सुझाव पे। दूसरा, दो जगह पे कुछ गड़बड़ियों की भी ध्यान आई है। मैं छात्रों को और अभिभावकों को आश्वस्त करता हूँ, उसको भी सरकार बड़े गंभीरता के साथ लिया है, वो जानकारी हमको मिली है। हम वो सारा विषय को एक निर्णायक स्थिति तक ले जाएंगे। उसमें कोई भी बड़े अधिकारी हो, NTA की कितने भी बड़े दायित्वधारी हो, अगर वो उनमें गुनहगार पाए जाएंगे उनको भी छोड़ा नहीं जाएगा। और NTA में बहुत सुधार की आवश्यकता है। कुछ विषय NTA एक स्वायत्त संस्था था, लेकिन NTA की बारे में सुधारने की बहुत आवश्यकता है। सरकार उसके ऊपर भी चिंता कर रही है, लेकिन मैं फिर आश्वस्त करता हूँ, किसी को, कोई भी गुनहगार को छोड़ा नहीं जाएगा, उनको कठोर से कठोर दंड मिलेगा। ਅੱਗੇ ਵਧਾਂਗੇ ਤਾਂ ਆਪਣੀ ਹੀ ਪਾਰਟੀ ਦੇ ਵਿੱਚ ਸਵਾਲਾਂ ਦਾ ਸਾਹਮਣਾ ਕਰ ਰਹੇ ਸੁਖਬੀਰ ਸਿੰਘ ਬਾਦਲ ਨੂੰ ਸੁਖਜਿੰਦਰ ਰੰਧਾਵਾ ਦਾ ਸਾਥ ਮਿਲਿਆ ਹੈ। ਰੰਧਾਵਾ ਨੇ ਨਿਊਜ਼ 18 ਤੇ ਵੱਡਾ ਬਿਆਨ ਦਿੱਤਾ ਕਿ ਸੁਖਬੀਰ ਬਾਦਲ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਚੱਲ ਸਕਦਾ ਤੇ ਨਾਲ ਹੀ ਰੰਧਾਵਾ ਨੇ ਘਰ ਵਾਪਸੀ ਕਰਨ ਵਾਲਿਆਂ ਨੂੰ ਲੈ ਕੇ ਵੀ ਵਾਰਨਿੰਗ ਦਿੱਤੀ ਹੈ ਕਿ ਜੇਕਰ ਅਜਿਹਾ ਕੀਤਾ ਤਾਂ ਉਹ ਰੋੜਾ ਬਣਨਗੇ। ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਤਾਂ ਪਾਰਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਉੱਠੇ। ਤਾਂ ਇਸ ਦੇ ਵਿਚਾਲੇ ਸੁਖਬੀਰ ਬਾਦਲ ਦੇ ਧੁਰ ਵਿਰੋਧੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਸੁਖਬੀਰ ਬਾਦਲ ਦੇ ਸਮਰਥਨ ਦੇ ਵਿੱਚ ਉਤਰੇ ਨੇ। ਰੰਧਾਵਾ ਨੇ ਨਿਊਜ਼ 18 ਤੇ ਵੱਡਾ ਬਿਆਨ ਦਿੱਤਾ ਕਿ ਸੁਖਬੀਰ ਬਾਦਲ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਚੱਲ ਵੀ ਨਹੀਂ ਸਕਦਾ। ਹਾਲਾਂਕਿ ਨਾਲ ਹੀ ਨਸੀਹਤ ਵੀ ਦੇ ਗਏ ਕਿ ਸੁਖਬੀਰ ਬਾਦਲ ਨੂੰ ਆਪਣੇ ਸਲਾਹਕਾਰਾਂ ਬਾਰੇ ਸੋਚਣਾ ਪਵੇਗਾ।
ਨਹੀਂ, ਜਿਹਨੂੰ ਵੇਖੋ ਜਿਹਨੂੰ ਤੇ ਪੰਜਾਬ ਨਾਲ ਪਿਆਰ ਆ ਉਹ ਤੇ ਜ਼ਰੂਰ। ਕਮਜ਼ੋਰ ਕਿਉਂ ਹੈ? ਮੇਰੇ ਖਿਆਲ ਸੁਖਬੀਰ ਬਾਦਲ ਦਾ ਕੰਟਰੋਲ ਹੈ ਨਹੀਂ, ਔਰ ਪੂਰਾ ਕੰਟਰੋਲ ਹੈ, ਕੋਈ ਪਾਰਟੀ ਦੇ ਵਿੱਚ ਬੋਲਦਾ ਨਹੀਂ ਕਿ ਪ੍ਰਧਾਨ ਬਦਲ ਦਿਓ, ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕੋਈ ਨਹੀਂ ਬੋਲਦਾ, ਮਤਲਬ ਪੂਰਾ ਕੰਟਰੋਲ, ਇਹਨੂੰ ਆਪਾਂ ਕੰਟਰੋਲ ਨਹੀਂ ਕਿਹਾ ਜਾ ਸਕਦਾ, ਇਹਨੂੰ ਬੁਜ਼ਦਿਲ ਕਿਹਾ ਜਾ ਸਕਦਾ ਕਿ ਉਹ ਬੁਜ਼ਦਿਲ ਬਣ ਗਏ ਨੇ। ਔਰ ਮੈਂ ਜਿਹੜੀ ਜੋ ਮੈਂ ਦੇਖਿਆ, ਜਿਹੜੇ ਸੁਖਬੀਰ ਬਾਦਲ ਦੇ ਖਿਲਾਫ ਨਹੀਂ ਬੋਲ ਰਹੇ ਉਹਨਾਂ ਬਾਰੇ ਕਹਿ ਰਹੇ ਹੋ ਤੁਸੀਂ? ਹਾਂ ਬਿਲਕੁਲ, ਨਹੀਂ 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 ਮੈਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਨਹੀਂ ਕਰਨੀ ਚਾਹੁੰਦਾ, ਸੁਖਬੀਰ ਬਾਦਲ ਤੋਂ ਬਿਨਾਂ ਅਕਾਲੀ ਦਲ ਚੱਲ ਵੀ ਨਹੀਂ ਸਕਦਾ। ਸੁਖਜਿੰਦਰ ਸਿੰਘ ਰੰਧਾਵਾ ਸੁਖਬੀਰ ਬਾਦਲ ਦੇ ਸਮਰਥਨ ਦੇ ਵਿੱਚ ਉਤਰੇ ਤਾਂ ਆਪਣਿਆਂ ਤੇ ਭੜਕਦੇ ਹੋਏ ਵੀ ਨਜ਼ਰ ਆਏ। ਸੁੰਦਰ ਸ਼ਾਮ ਅਰੋੜਾ ਦੀ ਵਾਪਸੀ ਦੀਆਂ ਚਰਚਾਵਾਂ ਤੇ ਰੰਧਾਵਾ ਨੇ ਕਿਹਾ ਕਿ ਜੇ ਅਰੋੜਾ ਦੀ ਘਰ ਵਾਪਸੀ ਦੀ ਕੋਸ਼ਿਸ਼ ਹੋਈ ਤਾਂ ਮੈਂ ਅਰੋੜਾ ਬਣਾਂਗਾ। ਰੰਧਾਵਾ ਨੇ ਕਿਹਾ ਕਿ ਜਿਹੜੇ ਅੱਜ ਸਾਡੇ ਨਾਲ ਖੜੇ ਨੇ ਉਹਨਾਂ ਨੂੰ ਕੀ ਮੂੰਹ ਦਿਖਾਵਾਂਗੇ। ਚੰਨੀ ਔਰ ਪ੍ਰਤਾਪ ਬਾਜਵਾ ਸੁੰਦਰ ਸ਼ਾਮ ਅਰੋੜੇ ਦੇ ਜਿਹੜੇ ਘਰ ਗਏ ਮੈਂ ਉਹਦੇ ਵੀ ਅਗੇਂਸਟ ਹਾਂ, ਪਰ ਜਿਹੜੇ ਬੰਦੇ ਪਾਰਟੀ 'ਚ ਰਹਿ ਕੇ ਪਾਰਟੀ ਦੇ ਅਗੇਂਸਟ ਇਹਨਾਂ ਨਾਲ ਬੋਲ ਜਾਣ ਉਹਨਾਂ ਬੰਦਿਆਂ ਤੋਂ ਸਾਨੂੰ ਕਿਨਾਰਾ ਕਰ ਲੈਣਾ ਪਏਗਾ। ਕਾਂਗਰਸ ਤਾਂ ਬਚੇਗੀ ਜੇ ਇਹਨਾਂ ਦੇ ਮਗਰ ਫਿਰੇ, ਸਾਡਾ ਜਿਹੜਾ ਵਰਕਰ ਆ ਉਹ ਡਿਸਆਰਟਡ ਹੋਏਗਾ। ਮੈਂ ਇਸ ਰਾਹ ਦੇ ਵਿੱਚ ਰੁਕਾਵਟ ਬਣਾਂਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨ ਹੀ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਚੰਨੀ ਨੇ ਸੁੰਦਰ ਸ਼ਾਮ ਅਰੋੜਾ ਦੇ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਬਾਜਵਾ ਨੇ ਅਰੋੜਾ ਦੇ ਨਾਲ ਪਰਿਵਾਰਕ ਰਿਸ਼ਤਾ ਦੱਸਿਆ ਸੀ, ਪਰ ਸੁਖਜਿੰਦਰ ਰੰਧਾਵਾ ਦੇ ਬਿਆਨ ਤੋਂ ਇਹ ਵੀ ਸੰਕੇਤ ਮਿਲਦੇ ਨੇ ਕਿ ਅਰੋੜਾ ਦੀ ਘਰ ਵਾਪਸੀ ਦਾ ਰਾਹ ਪੱਧਰਾ ਕੀਤਾ ਜਾ ਰਿਹਾ, ਜੋ ਕਿ ਰੰਧਾਵਾ ਨੂੰ ਮਨਜ਼ੂਰ ਨਹੀਂ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਦਿੱਲੀ ਦੇ ਵਿੱਚ ਜਲ ਸੰਕਟ ਨੂੰ ਲੈ ਕੇ ਸਿਆਸਤ ਸਿਖਰਾਂ ਤੇ ਹੈ ਤੇ ਇਸ ਦੇ ਵਿਚਾਲੇ ਦਿੱਲੀ ਜਲ ਬੋਰਡ ਦੇ ਦਫ਼ਤਰ 'ਚ ਪੱਥਰਬਾਜ਼ੀ ਤੱਕ ਹੋ ਗਈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਆਹਮੋ ਸਾਹਮਣੇ ਨੇ। ਇਹ ਤਸਵੀਰਾਂ ਦਿੱਲੀ ਦੇ ਜਲ ਬੋਰਡ ਦਫ਼ਤਰ ਦੀਆਂ ਨੇ। ਤਪਦੀ ਗਰਮੀ ਦੇ ਵਿਚਾਲੇ ਦਿੱਲੀ ਵਿੱਚ ਬੂੰਦ ਬੂੰਦ ਪਾਣੀ ਨੂੰ ਤਰਸ ਰਹੇ ਲੋਕਾਂ ਦੇ ਸਬਰ ਦਾ ਬੰਨ ਟੁੱਟ ਗਿਆ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ਜਲ ਸੰਕਟ ਦੇ ਨਾਲ ਜੂਝ ਰਹੀ ਹੈ ਅਤੇ ਇਸ ਵਿਚਾਲੇ ਬੀਜੇਪੀ ਦੇ ਵੱਲੋਂ ਦੱਖਣੀ ਦਿੱਲੀ ਦੇ ਛਤਰਪੁਰ ਸਥਿਤ ਜਲ ਬੋਰਡ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਮਹਿਲਾਵਾਂ ਦੇ ਵੱਲੋਂ ਪੱਥਰਬਾਜ਼ੀ ਕਰ ਦਿੱਤੀ ਗਈ, ਜਿਸ ਨਾਲ ਜਲ ਬੋਰਡ ਦਫ਼ਤਰ ਦੇ ਸ਼ੀਸ਼ੇ ਟੁੱਟ ਗਏ। कि दिल्ली में 2014 में 13 में जब आप पहली बार 50 दिन की सरकार में तब भी 950 एमजीडी पानी था, आज भी 950 से 1000 एमजीडी पानी है। 10 साल में 5 लाख लोग प्रतिवर्ष दिल्ली में बढ़ जाती है जनसंख्या, रोजगार के लिए बाहर से लोग आ जाते हैं, दिल्ली की नेचुरल पॉपुलेशन बढ़ती है। 25 लाख लोग अगर बढ़ गए 5 साल में, 50 लाख लोग बढ़ गए 10 साल में, लेकिन एक भी एमजीडी का कोई नया ट्रीटमेंट प्लान केजरीवाल ने नहीं लगाया है। जो कांग्रेस के प्रपोजल के थे, वजीराबाद में 100 एमजीडी का था, ओखले में 100 एमजीडी का था, उन्हीं को 10 साल में पूरा कर देते आप। जल संकट से दिल्ली दी आप सरकार दे विच मंत्री आतिशी ने दिल्ली पुलिस कमिश्नर नु चिट्ठी लेके वाटर पाइपलाइन की सुरक्षा की मांग की है। उन्होंने इल्जाम लाया कि दिल्ली दे विच पाइपलाइन कटन की साजिश हो रही है ताकि दिल्ली दे विच पानी की समस्या नु होर डूंगा किया जा सके। दिल्ली दे विच पानी नु लेके कोहराम मचिया होया है। मेन्स है जो पानी की पाइपलाइन सोनिया विहार से आती है, पूरे साउथ दिल्ली को पानी प्रोवाइड करती है। कल उस पानी की पाइपलाइन में लीकेज हुई, उस लीकेज और काफी सिवियर लीकेज हुई। आप ये देख सकते हैं कि बहुत बड़ी लीकेज वहां पे हो रही थी। जब हमारी पेट्रोलिंग टीम को ये पता चला तो रिपेयर के लिए टीम भेजी गई। वहां ये पाया गया कि बहुत बड़े बड़े बोल्ट, 12 इंच के बोल्ट, चार चार पांच पांच सेंटीमीटर लंबे बोल्ट को काट कर वहां पर छेद किया गया था पाइपलाइन में।
तो ऐसा लग रहा है कि कुछ षड्यंत्र हो रहा है। दिल्ली दे विच पानी दी समस्या दा हल किवें होवेगा इस बारे हले कुछ नहीं कहा जा सकता, पर इस विचाली सियासत अपने राह तलाश रही है। ब्यूरो रिपोर्ट, न्यूज 18।